हेलो फ्रेंड्स, वेलकम बैक टू चैनल हाउ टू सिंपलीफाई एजुकेशन। इस चैनल पर आपको मिलेंगे पीएसटेट, सीटेट, यूपीटेट और सभी स्टेट्स के टेट एग्जाम्स के लिए इम्पोर्टेंट नोट्स, ताकि आप अपने एग्जाम्स की अच्छे से तैयारी कर सकें और अच्छे क्वेश्चनों की आप प्रैक्टिस कर सकें। यह सभी नोट्स आप चैनल की प्लेलिस्ट में जाकर देख सकते हैं। इसके अलावा हम टीचर्स की वैकेंसी से जुड़ी और सीटेट से जुड़ी सभी अपडेट्स आपको प्रोवाइड करते हैं। एजुकेशन रिलेटेड जो भी न्यूज़ निकल के आती है उसकी अपडेट असी तुहानू इस चैनल पर प्रोवाइड करते हैं। तो जो नवी न्यूज़ निकल के आ रही है उस दे विच न्यूज़ आई है 30 सितंबर तक मिलेगा बेरोजगारों को रोज़गार, मुख्यमंत्री कैप्टन अमरिंदर सिंह। जगबाणी ते न्यूज़ आई है जी, आओ इस न्यूज़ नू पूरा देखते हाँ। ਤੇਤਰਵੇਂ ਸੁਤੰਤਰਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਇਸ ਦੌਰਾਨ ਉਹਨਾਂ ਨੇ 30 ਸਤੰਬਰ ਤੱਕ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ 9 ਤੋਂ 30 ਸਤੰਬਰ ਤੱਕ 5ਵਾਂ ਵਿਸ਼ਾਲ ਰੋਜ਼ਗਾਰ ਮੇਲਾ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਲਗਾਇਆ ਜਾ ਰਿਹਾ ਹੈ, ਜਿੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ 2 ਲੱਖ ਨੌਕਰੀਆਂ ਦੇਣ ਦੇ ਨਾਲ ਨਾਲ 1 ਲੱਖ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖੇਤ ਮਜ਼ਦੂਰਾਂ ਦਾ 520 ਕਰੋੜ ਦਾ ਕਰਜ਼ਾ ਵੀ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ। ਕੈਪਟਨ ਨੇ ਦਾਅਵਾ ਕੀਤਾ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਨੇ ਵਧੀਆ ਕਾਰਜਗੁਜ਼ਾਰੀ ਦਿਖਾਈ ਹੈ, ਜਿਸ ਦੇ ਤਹਿਤ 10ਵੀਂ ਜਮਾਤ ਵਿੱਚ ਪਾਸ ਫੀਸਦੀ 8.7% ਅਤੇ +2 ਵਿੱਚ 4.45% ਦਾ ਵਾਧਾ ਹੋਇਆ ਹੈ। ਸਰਕਾਰ ਨੇ 30 ਕਰੋੜ ਦੀ ਰਾਸ਼ੀ ਖਰਚ ਕਰਕੇ 261 ਸਮਾਰਟ ਸਕੂਲ ਸਥਾਪਿਤ ਕੀਤੇ ਹਨ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਕੀਤੇ ਵਾਅਦੇ ਨੂੰ ਸਰਕਾਰ ਛੇਤੀ ਹੀ ਪੂਰਾ ਕਰਨ ਜਾ ਰਹੀ ਹੈ। ਅਤੇ ਇਹ ਸੀ ਜੋ ਨਵੀਂ ਨਿਊਜ਼ ਆਈ ਸੀ, ਜਿਸ ਦੇ ਵਿੱਚ 30 ਸਤੰਬਰ ਤੱਕ ਬੇਰੁਜ਼ਗਾਰਾਂ ਨੂੰ ਮਿਲੇਗਾ ਰੋਜ਼ਗਾਰ ਦੀ ਨਿਊਜ਼ ਆਈ ਸੀ। ਅਤੇ ਫਿਊਚਰ ਦੇ ਵਿੱਚ ਪੋਸਟਾਂ ਨਾਲ ਰਿਲੇਟਡ ਜੋ ਵੀ ਨੋਟੀਫਿਕੇਸ਼ਨ ਨਿਕਲ ਕੇ ਆਉਣਗੇ ਜਾਂ ਜੋ ਵੀ ਪੋਸਟਾਂ ਨਿਕਲ ਕੇ ਆਉਣਗੀਆਂ ਉਸ ਬਾਰੇ ਤੁਹਾਨੂੰ ਅਸੀਂ ਅਪਡੇਟ ਪ੍ਰੋਵਾਈਡ ਕਰਵਾਉਂਦੇ ਰਹਾਂਗੇ।